ਲੁਧਿਆਣੇ ਸ਼ਹਿਰ ਵਿੱਚ ਦਖਣੀ ਬਾਈਪਾਸ ਪੁਲ ਦੀ ਹਾਲਤ ਖਸਤਾ ਹੋ ਗਈ ਹੈ। ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਪੁਲ ਦੀ ਰੀਕਾਰਪੈਂਟਿੰਗ ਵੀ ਤੇ ਵੀ ਹੈ ਜਿਹੜਾ ਸਵਾਲ ਉੱਠ ਰਹੇ ਨੇ। ਸੋ ਘਟਨਾ ਤੋਂ ਵਾਕਿਫ ਅਧਿਕਾਰੀਆਂ ਨੇ ਦੱਸਿਆ ਕਿ ਨਵ ਨਿਰਮਿਤ ਯਾਨੀ ਕਿ ਜਿਹਦਾ ਨਵਾਂ ਨਿਰਮਾਣ ਹੋਇਆ 28 ਕਿਲੋਮੀਟਰ ਲੰਬੇ ਦੱਖਣੀ ਬਾਈਪਾਸ ਤੇ ਵੱਡਾ ਗੱਡਾ ਦਿਖਾਈ ਦੇਣ ਲੱਗ ਗਿਆ। ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਿੱਸੇ ਤੇ ਰੀਕਾਰਪੈਂਟਿੰਗ ਦਾ ਕੰਮ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਪੂਰਾ ਹੋਇਆ ਸੀ। ਗੱਡੇ ਤੋਂ ਬਾਅਦ ਪੁਲ ਦੇ ਨੀਚੇ ਲਗਾਇਆ ਗਿਆ ਸਟੀਲ ਵੀ ਦਿਖਾਈ ਦੇਣ ਲੱਗਿਆ। ਸੋ ਨਿਰਮਾਣ ਦੀ ਗੁਣਵੱਤਾ ਸ਼ੱਕ ਦੇ ਘੇਰੇ ਦੇ ਵਿੱਚ ਆ ਗਈ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਹ ਲੋਕ ਨਿਰਮਾਣ ਵਿਭਾਗ ਯਾਨੀ ਕਿ PWD ਵੱਲੋਂ ਘਟੀਆ ਸਮੱਗਰੀ ਦੀ ਵਰਤੋਂ ਅਤੇ ਸੁਰੱਖਿਆ ਸੰਬੰਧੀ ਚੂਕ ਦੇ ਵੱਲ ਇਸ਼ਾਰਾ ਕਰਦੇ ਨੇ। ਇਸ ਸੜਕ ਪਰਿਯੋਜਨਾ ਦੀ ਸ਼ੁਰੂਆਤ 2014 ਦੇ ਵਿੱਚ ਹੋਈ ਸੀ। ਹਾਲ ਹੀ ਦੇ ਵਿੱਚ 53 ਕਰੋੜ ਦੀ ਲਾਗਤ ਨਾਲ ਰੀਕਾਰਪੈਂਟਿੰਗ ਦਾ ਕੰਮ ਕੀਤਾ ਗਿਆ ਸੀ ਅਤੇ ਸੰਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਇਸੇ ਸਥਾਨ ਤੇ ਪਹਿਲਾਂ 20 ਗੱਡਾ ਸੀ। ਉਕਤ ਪੁਲ ਤੇ ਜਿਹੜੇ ਆਦੇਸ਼ ਦਿੱਤੇ ਗਏ ਨੇ ਉਸਦੀ ਗੁਣਵੱਤਾ ਨੂੰ ਚੈੱਕ ਕਰਨ ਦੇ ਲਈ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਜਿਹੜੇ ਮਾਹਿਰਾਂ ਵੱਲੋਂ ਇਸਦੀ ਜਾਂਚ ਕੀਤੀ ਜਾਵੇਗੀ। ਸੋ DC ਸਾਕਸ਼ੀ ਸਾਹਨੀ ਨੇ ਜਾਂਚ ਦੇ ਆਦੇਸ਼ ਦਿੱਤੇ ਨੇ। ਟ੍ਰੈਫਿਕ ਪੁਲਿਸ ਨੂੰ ਪ੍ਰਭਾਵਿਤ ਖੇਤਰ ਦੇ ਵਿੱਚ ਬੈਰੀਕੇਟਿੰਗ ਕਰਨ ਨੂੰ ਕਿਹਾ ਗਿਆ ਤਾਂ ਜੋ ਅੱਗੇ ਕੋਈ ਹਾਦਸਾ ਨਾ ਹੋਵੇ। ਜੁਲਾਈ ਦੇ ਵਿੱਚ ਲੱਕੜ ਬ੍ਰਿਜ ਅਤੇ ਬੱਸ ਸਟੈਂਡ ਓਵਰਪਾਸ ਤੇ ਵੀ ਅਜਿਹਾ ਮਾਮਲਾ ਵੇਖਣ ਨੂੰ ਮਿਲਿਆ ਸੀ। DC ਸਾਹਨੀ ਨੇ ਨਗਰ ਨਿਗਮ, PWD, ਸਿੰਚਾਈ ਵਿਭਾਗ ਅਤੇ ਭਾਰਤੀ ਰਾਸ਼ਟਰੀ ਰਾਜਮਾਰਗ ਪ੍ਰਾਧੀਕਰਨ ਹੈ ਜਿਹੜਾ ਨੂੰ ਲੁਧਿਆਣੇ ਦੇ ਸਾਰੇ ਪੁਲਾਂ ਦੀ ਗਹਿਰੀ ਯਾਨੀ ਕਿ ਗੰਭੀਰਤਾ ਨਾਲ ਸੁਰੱਖਿਆ ਆਡਿਟ ਕਰਨ ਦੇ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਤੇ ਇਸ ਨੂੰ ਲੈ ਕੇ ਹੁਣ ਵਿਧਾਇਕ ਗੋਗੀ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਉੱਥੋਂ ਦੇ ਠੇਕੇਦਾਰ ਸਨ ਜਿਨ੍ਹਾਂ ਦੇ ਵੱਲੋਂ ਨਿਰਮਾਣ ਕੀਤਾ ਗਿਆ ਹੈ ਉਹਨਾਂ ਦਾ ਹੀ ਦੋਸ਼ ਹੈ ਅਤੇ ਹੁਣ ਸਿਰ ਤੇ ਬੈਠ ਕੇ ਇਸਦੀ ਜਾਂਚ ਕਰਵਾਉਣਗੇ ਅਤੇ ਇਸ ਦੇ ਨਾਲ ਹੀ ਇਸ ਨੂੰ ਰਿਪੇਅਰ ਵੀ ਕੀਤਾ ਜਾਵੇਗਾ। ਅਪਡੇਟ ਲੈ ਕੇ ਰੂਬਰੂ ਹੋਵਾਂਗੇ। ਵੇਖਦੇ ਰਹੋ ਲੁਧਿਆਣਾ ਲਾਈਵ।